ਚਲੋ ਖਿੱਚੋਗਾ ਬਣੀ ਏ ਕੈਮਰਾ ਵੀ ਬਣਾ ਲਓ ਫੋਟੋ ਤੇ ਬਣਾ ਲਓ ਸ਼ਹਿਜ਼ਾਦੇ ਸ਼ਹਿਜ਼ਾਦੇ ਦਫਾ ਦੇ ਦਫਾ ਹੋਏ ਥੱਲੇ ਚੱਲ ਆ ਹੁਣ ਡਈ ਇੱਥੇ ਆਰਾਮ ਨਾਲ ਸਹੀ ਪਿਛਲੀ ਚਲੋ ਖਿੱਚੋਗਾ ਬਣੀ ਸ਼ਹਿਜ਼ਾਦੇ ਦਫਾ ਦਫਾ ਹੋਏ ਥੱਲੇ ਚੱਲ ਆ ਹੁਣ ਡਈ ਇੱਥੇ ਆਰਾਮ ਨਾਲ ਸਹੀ ਨਾ ਕਰੋ ਇਸ ਤਰ੍ਹਾਂ ਸਰਕਾਰ ਤਕਲੀਫ ਕਰੋ ਥੋੜੀ ਜਿਹੀ ਕਰੋ ਬਾਹਰ ਆ ਜਾਓ ਸਰਕਾਰ ਨੂੰ ਆਓ ਇਹ ਸਰਕਾਰ ਸਾਹਿਬ ਬੁਲਾ ਰਹੇ ਨੇ ਵੱਡੇ ਸਾਡਾ ਆਓ ਫੇਰ ਤੁਰ ਜਾਇਓ ਫਿਰ ਤੁਰ ਜਾਓ ਆਓ ਫੇਰ ਆਈਏ ਸਾਨੂੰ ਕੋਈ ਤੁਹਾਡਾ ਇਤਰਾਜ਼ ਕੋ ਨੀ ਚਲੋ ਤੇ ਨਮਾਜ਼ ਜਨਾਜ਼ਾ ਜ਼ਾਹਰ ਕਿ ਹੋਣਾ ਚਾਹੀਦਾ ਹਰ ਮੂਮਨ ਮੁਸਲਮਾਨ ਨੂੰ ਜਨਾਜ਼ਾ ਆਉਣਾ ਚਾਹੀਦਾ ਠੀਕ ਹੈ ਜਦਕਿ ਕਈ ਸਾਡੇ ਭਰਾ ਨੇ ਕਿ ਜਿਹਨਾਂ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਜਦਕਿ ਮੈਂ ਅੰਦਰ ਆਇਆ ਅੰਦਰ ਵੀ ਆਉਂਦਾ ਸਾਰੇ ਮੇਰੇ ਤੇ ਸਵਾਲ ਹੈ ਜੀ ਪਹਿਲੀ ਗੱਲ ਤੇ ਹੈ ਤੈਨੂੰ ਕਲਮੇ ਆਉਂਦੇ ਨੇ ਮੈਂ ਕਿਹਾ ਜੀ ਇਨਸ਼ਾਅੱਲਾ ਬਫਜ਼ਲੇ ਖੁਦਾ ਅੱਲਾ ਦੇ ਹੁਕਮ ਨਾਲ ਕਲਮੇ ਆਉਂਦੇ ਨੇ ਕਿਹਾ ਜੈਲੀ ਪੀਰ ਜਦਕਿ ਜੈਲੀ ਪੀਰ ਮੈਂ ਕਾਹਦੇ ਨਾਲ ਮੈਂ ਖਾਨਦਾਨੀ ਸੈਦ ਹਾਂ ਹਸਨੀ ਅਲ ਹੁਸੈਨੀ ਆ ਠੀਕ ਹੈ ਅਨਪੜ੍ਹ ਹੋਣਾ ਜਾਂ ਜੋ ਵੀ ਹੈ ਉਹ ਇੱਕ ਅਲੱਹਦਾ ਬਾਤ ਹੈ ਲੇਕਿਨ ਖਾਨਦਾਨ ਜਿਹੜਾ ਹੈ ਨਾ ਇਹ ਖਾਨਦਾਨ ਤੇ ਖਾਨਦਾਨ ਹੈ ਇਹਦੇ ਵਿੱਚ ਪੀਰ ਸਾਹਿਬ ਆਪਕੋ ਦੁਆਏ ਕਾਨੂੰਨ ਔਰ ਇਹ ਸੂਰਾ ਯਾਸੀਨ ਆਤੀ ਹੈ ਜੀ ਮੈਂ ਉੱਤੋਂ ਵੇਖ ਜਨਾਬ ਸਾਹਿਬ ਕੋਈ ਪੜ੍ਹ ਕੇ ਤੁਹਾਨੂੰ ਸੁਣਾ ਸਕਦਾ ਵਾਂ ਠੀਕ ਹੈ ਨਾ ਜ਼ਬਾਨੀ ਅੱਛਾ ਪੀਰ ਸਾਹਿਬ ਇਹ ਬਤਾਏ ਕਿ ਇਹ ਜੋ ਪੁਲਿਸ ਨੇ ਆਪਕੋ ਬਾਹਰ ਨਿਕਾਲਾ ਹੈ ਕਬਰ ਸੇ ਜੀ ਤੋ ਕਿਆ ਆਪ ਕੈਸੇ ਦੇਖਤੇ ਹੈ ਕਿਆ ਉਨਕਾ ਅਮਲ ਠੀਕ ਹੈ ਆਪਕੋ ਬਾਹਰ ਨਿਕਾਲਨੇ ਕਾ ਜੀ ਮੇਰੇ ਖਿਆਲ ਮੈਂ ਉਨਕਾ ਅਮਲ ਜੋ ਹੈ ਨਾ ਠੀਕ ਹੈ ਵੋ ਗਲਤ ਹੈ ਠੀਕ ਹੈ ਅਗਰ ਨਿਕਾਲਨਾ ਥਾ ਤੋ 40 ਦਿਨ ਕੇ ਬਾਅਦ ਨਿਕਾਲਤੇ ਔਰ ਦੇਖਤੇ ਕਿ ਕਿਆ ਵਾਕਈ ਖੁਦਾ ਕੁਦਰਤ ਰੱਖਤਾ ਹੈ ਜਾਂ ਨਹੀਂ ਅਗਰ ਖੁਦਾ ਕੁਦਰਤ ਰੱਖਤਾ ਹੈ ਤੋ ਮੁਝੇ ਜ਼ਿੰਦਾ ਜ਼ਮੀਨ ਸੇ ਬਾਹਰ ਲੈ ਕੇ ਆ ਆਪ ਕੋਈ ਪੈਗਾਮ ਦੇਣਾ ਚਾਹੇਂਗੇ ਪੁਲਿਸ ਕੋ ਜਾਂ ਆਮ ਲੋਗੋ ਕੋ ਆਮ ਸ਼ਹਿਰ ਮਿਹਰਬਾਨੀ ਇਹ ਜੋ ਜੈਲੀ ਪੀਰ ਬਨੇ ਹੋਏ ਹੈ ਇਸ ਦੁਨੀਆ ਮੇ ਠੀਕ ਹੈ ਇਹ ਪਹਿਲੀ ਬਾਤ ਹੈ ਜਾਂ ਕੁਛ ਖਾ ਕੇ ਮਰ ਜਾਏ ਇਸ ਦੁਨੀਆ ਸੇ ਆਪਣਾ ਸਫਾਇਆ ਕਰ ਲੇ ਠੀਕ ਹੈ ਤੋ ਯਾ ਖੁਦਾ ਕੇ ਲਈ ਇਹ ਮੇਰੇ ਹੱਥ ਬੰਦੇ ਹੋਏ ਦੇਖੇ ਕਿ ਸੈਦੋਂ ਪੇ ਕਮ ਸੇ ਕਮ ਐਸੀ ਤੋਮਤ ਨਾ ਲਗਾਏ ਚਾਹੇ ਵੋ ਅਨਪੜ੍ਹ ਹੀ ਸਹੀ ਜੋ ਵੀ ਹੈ ਲੇਕਿਨ ਸੈਦ ਤੋ ਹੈ ਇਤਨੀ ਸਿਰਫ ਮਿਹਰਬਾਨੀ ਆਪਕੀ ਇਹ ਜੋ ਜੈਲੀ ਪੀਰ ਫਲਾਣਾ ਬਾਬਾ ਢਮਕਾਣਾ ਬਾਬਾ ਕਾਲੇ ਇਲਮ ਵਾਲਾ ਢਮਕਾਣੇ ਇਲਮ ਵਾਲਾ ਨਹੀਂ ਓਏ ਲਾਨਤੁੱਲਾਹ ਅਲਲ ਕਾਜ਼ੇ ਬੀ ਨੇ ਲੋਕੋ ਇਹਦੇ ਵਾਸਤੇ ਜਿਸ ਬੰਦੇ ਨੇ ਕਾਲਾ ਕੀਤਾ ਉਹਦਾ ਇੱਥੇ ਵੀ ਬੇੜਾ ਕਰਕੇ ਤੇ ਉੱਥੇ ਵੀ ਬੇੜਾ ਕਰਕੇ ਅੱਛਾ ਇਹ ਚਿਲਾ ਕਾਟਨੇ ਕੇ ਬਾਅਦ ਆਪਕੇ ਪਾਸ ਕੋਈ ਮੋਕਲ ਵਗੈਰਾ ਕੋਈ ਆ ਜਾਂਦੇ ਇੱਥੇ ਕਿਆ ਹੋਣਾ ਥਾ ਸਰ ਇਸਮੇ ਕੋਈ ਮੋਕਲ ਨਹੀਂ ਆਤੇ ਐਸੀ ਮੋਕਲ ਸ਼ਿਕਲਾਂ ਵਾਲੀ ਕੋਈ ਬਾਤ ਨਹੀਂ ਹੈ ਫਿਰ ਚਿਲਾ ਕਿਉਂ ਕਰ ਠੀਕ ਹੈ ਨਾ ਸਿਰਫ ਇਸ ਲਈ ਕਾਟ ਰਹਾ ਥਾ ਕਿ ਮੇਰਾ ਆਪਣਾ ਅਮਲ ਮਜ਼ੀਦ ਬਿਹਤਰ ਹੋ ਔਰ ਜੋ ਮੈਂ ਅੱਲਾ ਕੇ ਆਗੇ ਦੁਆ ਕਰੂੰ ਮਾਲਕ ਕੀ ਜ਼ਾਤ ਵੋ ਨਜ਼ਦੀਕ ਹੋ ਕਰ ਮੇਰੀ ਸੁਨੇ